पटियाला के थापर इंस्टीट्यूट में 37वां दीक्षांत समारोह आयोजित किया गया। इसमें कॉलेज के चेयरमैन विशेष रूप से शामिल हुए। इस मौके पर चेयरमैन ने कहा कि करीब 300 बच्चों को डिग्री दी गई। इसके अलावा अच्छे अंक पाने वाले 40 बच्चों को सम्मानित किया गया। इस मौके पर बच्चों ने भी कहा कि थापर इंस्टीट्यूट का माहौल बहुत अच्छा है, 4 साल कैसे बीत गए पता ही नहीं चला, कॉलेज की याद हमेशा रहेगी। इस मौके पर चेयरमैन ने कहा कि किसान पराली ना जलाए, इसके लिए हमारे छात्र एक नया शोध कर रहे हैं जो काबिले तारीफ होगा। पटियाला से हमारे संवाददाता केशव कुमार की रिपोर्ट। सारा प्लाउ बैक करना है, साढ़े जड़ी बिल्डिंगा बनी है वो तुम सामने देख रहे हो, एयर कंडीशन बिल्डिंगा असीं बनाईयां है, वो सरप्लस तो ही बनाईयां है, बैंकों तो लोन लेके नहीं बनाईयां। ਸਪੋਰਟਿਵ ਰੈਵਨਿਊ ਹੈ ਔਰ ਅਸੀਂ ਕੋਈ ਕਰ ਰਹੇ ਸੋ ਅਸੀਂ ਕੀ ਕੀਤਾ ਹੈ ਇਸ ਵਕਤ ਸਾਡੇ ਕੋਈ 12-13 ਹਜ਼ਾਰ ਬੱਚੇ ਨੇ ਇਹ 250 ਏਕੜ ਦੇ ਵਿੱਚ ਰਹਿੰਦੇ ਨੇ ਇਹਦੇ 'ਚ ਉਹ ਹੈ ਕਿ ਸਭ ਫੀਸ ਦਿੰਦੇ ਨੇ ਬਟ ਇੱਕ ਅੱਧਾ ਬੰਦ ਅੱਛਾ ਉਹਦੇ ਸਾਡਾ 50% ਜਿਹੜਾ ਕੋਟਾ ਹੈ ਰਿਜ਼ਰਵ ਫੋਰ ਪੰਜਾਬ ਹੈ ਸੀ ਅਗਰ ਅਸੀਂ ਲੈਟਸ ਸੇ ਅਸੀਂ ਲੈਣੇ 3000 ਅੰਡਰ ਗ੍ਰੈਜੂਏਟ ਅੰਡਰ ਗ੍ਰੈਜੂਏਟ ਗੱਲ ਕਰੀਏ ਦੈਟਸ ਆਵਰ ਮੇਨ ਪ੍ਰੋਗਰਾਮ ਉਹਦੇ 'ਚੋਂ 1500 ਬੱਚੇ ਨੇ ਰਿਜ਼ਰਵ ਫੋਰ ਪੰਜਾਬ ਸੋ 2 ਮੈਰਿਟ ਲਿਸਟ ਬੰਦੇ ਆ ਇੱਕ ਪੰਜਾਬ ਦੀ ਮੈਰਿਟ ਲਿਸਟ ਬੰਦੀ ਉਹਦੇ ਬੰਦੇ ਬਟ ਆਈ ਐਮ ਸ਼ੋਰ ਦੇਰ ਇਜ਼ ਅ ਪ੍ਰੋਸੈਸ ਇਨਵੋਲਵਡ ਕਿ ਬੋਰਡ ਤੱਕ ਜਾਣਾ ਪਏਗਾ ਕਿ ਇੱਕ ਅੱਧਾ ਬੱਚਾ ਜਿਹੜਾ ਬਹੁਤ ਜ਼ਰੂਰੀ ਹੈ ਬਟ ਉਹਦੇ ਨੰਬਰ ਮਿਲ ਰਹੇ ਨੇ ਇਹ ਨਹੀਂ ਕਿ 60% ਵਾਲਾ ਬੱਚਾ ਨਹੀਂ ਰੱਖ ਸਕਦੇ ਅਸੀਂ ਅਗਰ ਸਾਡਾ ਅੱਜ ਜਿਹੜੇ ਕੰਪਿਊਟਰ ਸਾਇੰਸ ਪੜ੍ਹ ਰਹੇ ਨੇ 96% ਕੱਟ ਆਫ ਹੈ 96% ਮਾਰਕਸ ਆਉਣੇ ਚਾਹੀਦੇ ਨੇ CBSE ਜਾਂ ਜਿਹੜਾ ਵੀ ਬੋਰਡ ਦਾ ਪੰਜਾਬ ਬੋਰਡ ਦਾ ਇਮਤਿਹਾਨ ਹੈ ਤਾਂ ਹੀ ਉਹ ਕੰਪਿਊਟਰ ਸਾਇੰਸ ਮਿਲ ਸਕਦਾ ਹੈ ਇੰਨੀ ਵੱਡੀ ਲਿਸਟ ਹੈ ਜਿਹਨੂੰ ਕੰਪਿਊਟਰ ਸਾਇੰਸ ਇੱਥੇ ਨਹੀਂ ਮਿਲਦਾ ਉਹ ਕਿਧਰੇ ਹੋਰ ਚਲਾ ਜਾਂਦਾ ਕਰਨ ਲਈ ਸੋ ਜਸਟ ਟੂ ਆਨਸਰ ਯੋਰ ਕੁਐਸਚਨ ਮੈਂ ਚੇਅਰਮੈਨ ਹਾਂ ਸੋ ਆਈ ਟੇਕ ਦੈਟ ਡਿਸੀਜਨ ਰਾਈਟ ਦੈਟ ਅਗਰ ਕੋਈ ਬੱਚਾ ਹੈ ਜਿਹਦੇ 96% ਨੰਬਰ ਨੇ ਔਰ ਉਹਦੀ ਤਫੀਕ ਨਹੀਂ ਹੈ ਉਹਦੇ ਮਾਂ ਬਾਪ ਦੀ ਵੀ ਕੈਨ ਆਲਵੇਸ ਟੇਕ ਇਟ ਅਪ ਟੂ ਦ ਬੋਰਡ ਐਂਡ ਕੰਸੀਡਰ ਮੈਨੀ ਬੀਂਗ ਸਪੋਰਟਿਡ ਲਾਈਕ ਦਿਸ ਉਹ ਦੱਸਿਆ ਸੈਟੇਲਾਈਟ ਦੇ ਬਾਰੇ ਦੱਸਿਆ ਇਹਦੇ ਬਾਰੇ ਦੱਸਿਆ ਫਿਰ ਅਸੀਂ 2 ਪ੍ਰੋਜੈਕਟ ਕਰ ਰਹੇ ਹਾਂ ਵਿਲੇਜਸ ਦੇ ਵਿੱਚ ਇੱਕ ਤੇ ਕਰ ਰਹੇ ਹਾਂ ਸਾਡਾ ਪ੍ਰੋਜੈਕਟ ਹੈ ਡਿਜੀਟਲ ਵਿਲੇਜ ਉਹਦੇ ਨਾਲ ਨਾ ਅਸੀਂ ਸੈਂਸਰਸ ਯੂਜ਼ ਕਰਕੇ ਸੈਂਸਰਸ ਮੀਨਸ ਅਸੀਂ ਡਰੋਨ ਵੀ ਯੂਜ਼ ਕਰਕੇ ਅਸੀਂ ਦੇਖ ਰਹੇ ਹਾਂ ਕਿ ਬਈ ਅਸੀਂ ਕੀ ਕਰਦੇ ਹਾਂ ਹੁਣੇ ਫਲੱਡ ਇਰੀਗੇਸ਼ਨ ਕਰਦੇ ਹਾਂ ਸਾਰਾ ਪਾਣੀ ਜਿਹੜਾ ਹੈ ਸਾਰੇ ਪੌਦਿਆਂ ਚਲਾ ਜਾਏ ਬਟ ਕਈਆਂ ਨੂੰ ਜ਼ਰੂਰਤ ਨਹੀਂ ਹੁੰਦੀ ਸੋ ਦੇ ਕੈਨ ਮੋਨੀਟਰ ਕਿ ਅਗਰ ਪੱਤੇ ਡਰਾਈ ਹੋ ਰਹੇ ਨੇ ਤਾਂ ਉਹਨੂੰ ਪਾਣੀ ਦੇਣਾ ਹੈ ਉਹ ਅਸੀਂ ਦੇਖ ਰਹੇ ਹਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਦੂਜੀ ਗੱਲ ਇਹ ਹੈ ਕਿ ਵੀ ਆਰ ਆਲਸੋ ਸੀਇੰਗ ਕਿ ਓਵਰ ਫਰਟੀਲਾਈਜੇਸ਼ਨ ਨਾ ਹੋ ਜਾਏ ਪੈਸਟੀਸਾਈਡ ਪਾਉਂਦੇ ਹਾਂ ਅਸੀਂ ਇਹ ਪਾਉਂਦੇ ਹਾਂ ਕਿਉਂਕਿ ਕੀੜੇ ਲੱਗ ਜਾਂਦੇ ਨੇ ਉਹ ਜਿਹੜੇ ਲੀਵਸ ਜਿਹੜੇ ਨੇ ਉਹ ਕੱਲ ਲੈਣੇ ਉਹਨਾਂ ਵਿੱਚ ਸਿਰਫ ਪੈਸਟੀਸਾਈਡ ਪਾਈਏ ਸਾਰਿਆਂ ਨੂੰ ਨਾ ਪਾਈਏ ਬਿਕੋਜ਼ ਯੂ ਨੋ ਦੈਟ ਇਨ ਦ ਕੰਟਰੀ ਦੇਰ ਇਜ਼ ਅ ਫੀਅਰ ਦੈਟ ਦਿਸ ਪੈਸਟੀਸਾਈਜੇਸ਼ਨ ਓਵਰ ਪੈਸਟੀਸਾਈਜੇਸ਼ਨ ਵਿਲ ਹਾਰਮ ਦ ਪੀਪਲ ਐਕਚੁਅਲੀ ਬਿਕੋਜ਼ ਜ਼ਿਆਦਾ ਕੈਮੀਕਲਸ ਖਾਣ ਨਾਲ ਤੇ ਇਟਸ ਹਾਰਮਫੁਲ ਯੂ ਨੋ ਸੋ ਵੈਨ ਵੀ ਟਾਕਡ ਆਫ ਅਸੀਂ ਇੱਕ ਹੋਰ ਕੱਲ ਕਰ ਰਹੇ ਹਾਂ ਇਹ ਥਾਪਰ ਦੇ ਵਿੱਚ ਜਿਹੜੀਆਂ ਉਹਨੂੰ ਪਹਿਲੀ ਵਾਰੀ ਨਾਮ ਸੁਣਿਆ ਸੀ ਕੀ ਕਹਿੰਦੇ ਨੇ ਉਹ ਜਿਹੜੇ ਪੌਂਡਸ ਨੂੰ ਕੀ ਕਹਿੰਦੇ ਨੇ ਬੂਰਾ ਕੀ ਕਹਿੰਦੇ ਨੇ ਉਹ ਜਿਹੜਾ ਪੌਂਡ ਨੂੰ ਕੀ ਹੈ ਟੋਬਾ ਔਰ ਟੋਬੇ ਜਿਹੜੇ ਨੇ ਉਤਨੇ ਟੋਬੇ ਨਹੀਂ ਟੋਬਾ ਨਹੀਂ ਹੈ ਯਾਰ ਇੱਕ ਨਾ ਉਹਨਾਂ ਨੇ ਦੱਸਿਆ ਮੈਨੂੰ ਸਮਝ ਨਹੀਂ ਸੀ ਕੀ ਸੀ ਬਟ ਅਸੀਂ ਜਿਹੜੇ ਹਰ ਇੱਕ ਵਿਲੇਜ ਦੇ ਬਾਹਰ ਇੱਕ ਪੌਂਡ ਹੁੰਦਾ ਹੈ ਠੀਕ ਹੈ ਛੱਪੜ ਉਹ ਜਿਹੜਾ ਛੱਪੜ ਹੈ ਅਸੀਂ ਟੋਬਾ ਨਾ ਸੇਮ ਥਿੰਗ ਹਾਂ ਨਹੀਂ ਛੱਪੜ ਨਹੀਂ ਯੂਜ਼ ਕੀਤਾ ਟੋਬਾ ਕੀਤਾ ਸੀਗਾ ਉਹ ਜਿਹੜੇ ਟੋਬੇ ਨੇ ਉਹ ਸਾਡੀ ਮਮਤਾ ਕੁਲਕਰਨੀ ਦੱਸ ਸਕਦੀ ਹੈ ਉਹਨੂੰ ਸਮਝ ਹੈ ਪੰਜਾਬੀ ਮੇਰੇ ਤੋਂ ਜ਼ਿਆਦਾ ਅਤੇ ਉਹ ਜਿਹੜੇ ਟੋਬੇ ਨੇ ਉਹਦਾ ਜਿਹੜਾ ਨਾ ਉਹ ਉਹਦੇ ਵਿੱਚ ਅਸੀਂ ਇੱਕ ਥਾਪਰ ਮਾਡਲ ਦਿੱਤਾ ਹੈ ਜਿਹੜੇ ਅੱਜ ਮੇਰੇ ਖਿਆਲ ਕਿੰਨੇ ਵਿਲੇਜਿਸ ਨੇ 70 7000
13,000 villages ne ode 1000 onu kehnde ne thapar design 1000 villages ne aur 1300 villages ne adopt kar liya pehla assi oh redesign kita hai jehde chhappad ne ode baad assi odu na with oh pani nu saaf kar rahe ha kis ode BOD COD is very high oh pani nu saaf kar rahe ha kyunki ate bacche vi nande ne pashu vi nande ne ode vich to assi un pani nu through use of बायो उदी बायो रेमेडिएट कर रहे हैं और वो पानी फिर असी कहेंगे खेतों के विच ले जाओ टू पार्टली सपोर्ट के भी क्योंकि तुम्हें पता है कि पानी की तह इतने बड़ी थले जा रही है पंजाब के विच एंड वेरी सून यू विल राइस मिलेट लिया चाहते हैं राइस को बंद करना चाहते हैं मिलेट इतने लिया चाहते हैं सो आई थिंक थापर यूनिवर्सिटी इज़ अ बिग बिग वेल ऑफ इनफॉर्मेशन एंड रिसर्च यूज करना है असी तो अपने बच्चों को पढ़ाना है साडा मेन कम है but we are doing big research now in Thapar University assi apne sare resources profit di gal koi hamare facebook page ko like follow aur share kare sath hi youtube channel ko like kare subscribe kare aur taza khabron ke liye bell icon ko dabana na bhule